ਲਓ ਜੀ, ਅੱਜ ਦੀ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਆ ਦੇਖੋ, ਮੰਮੀ ਨੇ ਗਰੋਸਰੀ ਲਿਸਟ ਲਿਖੀ ਆ। ਜਿਹੜੇ ਤਾਂ ਪੰਜਾਬੀ ਪੜ੍ਹ ਸਕਦੇ ਆ ਉਹਨਾਂ ਦਾ ਪਤਾ ਲੱਗ ਜਾਣਾ, ਪਰ ਜਿਹੜੇ ਨਹੀਂ ਪੜ੍ਹ ਸਕਦੇ ਮੈਂ ਉੱਦਾਂ ਦੱਸ ਦਿੰਦਾ। ਸਮਾਨ ਦੇ ਨਾਲ ਨਾਲ ਲਿਖਿਆ, ਕੇਲੇ ਨਹੀਂ ਲਿਆਉਣੇ ਆ ਬਿਲਕੁਲ ਸੈਕਿੰਡ ਲਾਸਟ 'ਤੇ। ਨਾਲੇ ਵੀ ਲਿਖਤਾ ਕੇਲੇ ਫਸ ਲਿਖਤਾ ਨਹੀਂ ਲਿਆਉਣੇ, ਜਿਹੜੀ ਚੀਜ਼ ਨਹੀਂ ਲਿਆਉਣੀ ਉਹ ਵੀ ਲਿਖਤੀ। ਇਹਦੇ ਉੱਤੇ ਹੁਣ ਕੀ ਲਿਖਿਆ ਮੰਮੀ ਤੁਸੀਂ? ਮਨਪ੍ਰੀਤ ਪਤਾ ਕੀ ਆ, ਇਹ ਜੇ ਬੰਦਾ ਥੋੜ੍ਹਾ ਜਿਹਾ ਭੁੱਲਦਾ ਹੋਵੇ ਨਾ ਤੇ ਉਹਨੇ ਆਪਣਾ ਕੰਮ ਤਾਂ ਚਲਾਉਣਾ ਹੀ ਆ, ਹਨਾ। ਹੁਣ ਮੜੀ ਆ ਗਈ ਤੇ ਮੈਂ ਭੁੱਲ ਜਾਣਾ ਵਾ, ਜਦ ਭੁੱਲ ਜਾਣਾ ਉਹਨਾਂ ਕਹਿਣਾ ਤੇ ਉਹ ਫਿਰ ਗੜਬੜ ਹੁੰਦੀ ਆ। ਤੇ ਇਹ ਹੁਣ ਮੈਂ ਲਿਖਤਾ ਤੇ ਕੱਲ੍ਹ ਹੀ ਮੰਡੀ ਲੈ ਕੇ ਆਈ ਆ। ਕਹਿੰਦੀ ਬਾਹਰ ਜਿਹੜਾ ਕੋਈ ਕੱਟਣਾ ਕੁੱਟਣਾ ਹੁੰਦਾ ਨਾ, ਵੀ ਇਹਦੇ ਨਾਲ ਸੌਖਾ, ਕੋਈ ਸਬਜ਼ੀ ਕੋਈ ਚੀਜ਼ ਜਿਹੜੀ ਕੈੜੀ ਹੁੰਦੀ ਆ। ਅੱਛਾ, ਤੇ ਸਹੀ ਨਹੀਂ ਚੱਲਦੀ ਭਾਈ? ਇਹ ਉੱਥੋਂ ਇੱਕ ਬੂਟਾ ਜਿਹਾ ਇਹਨਾਂ ਤੋਂ ਕਟਾਇਆ, ਕਹਿੰਦੇ ਨਹੀਂ ਇਹ ਸਹੀ ਨਹੀਂ ਚੱਲਦੀ, ਜਿਹੜੀ ਨੋਰਮਲ ਕੈਂਚੀ ਹੁੰਦੀ ਆ ਉਹ। ਤੇ ਮੈਂ ਆਪਣੀ ਭਾਸ਼ਾ 'ਚ ਲਿਖਤਾ, ਮਣੀ ਇਹ ਵਾਪਸ ਕਰਕੇ ਨਵੀਂ ਨੋਰਮਲ ਜਿਹੜੀ ਆਪਾਂ ਆਮ ਹੀ ਵਰਤਦੇ ਹਾਂ। ਠੀਕ ਆ, ਤੁਹਾਨੂੰ ਸਭ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਛੋਟਿਆਂ ਨੂੰ ਪਿਆਰ ਅਤੇ ਵੱਡਿਆਂ ਦੇ ਪੈਰੀ ਪਹਿਨੇ ਆ ਜੀ। ਤਿਆਰੀ ਖਿੱਚੀ ਆਪਾਂ, ਉਹਦਾ ਇੱਕ ਬਹੁਤ ਹੀ ਪਿਆਰਾ ਜਿਹਾ ਵਧੀਆ ਰੀਜ਼ਨ ਆ, ਮੈਂ ਦੱਸਦਾ ਤੁਹਾਨੂੰ ਬਹੁਤ ਛੇਤੀ। ਮੈਂ ਐਕਚੁਲੀ ਔਕਲੈਂਡ ਨੂੰ ਚੱਲਿਆ ਅਤੇ ਥੋੜ੍ਹਾ ਜਿਹਾ ਸਮਾਨ ਉਸ ਤੋਂ ਪਹਿਲਾਂ ਲੈ ਕੇ ਆਉਣਾ ਗਰੋਸਰੀ ਵਾਲਾ, ਕਿਉਂਕਿ ਮੰਮੀ ਅੱਜ ਇੱਕ ਦੋ ਚੀਜ਼ਾਂ ਬਣਾਉਣ ਲੱਗੇ ਨੇ ਘਰ, ਮੰਮੀ ਡੈਡੀ ਰਲ ਕੇ। ਮੇਰਾ ਮੈਂ ਉਹਨਾਂ ਨੂੰ ਕਿਹਾ ਸੀ, ਮੈਂ ਕਿਹਾ ਮੈਂ ਹੈਲਪ ਕਰਾ ਲਉਂ, ਮੈਂ ਫਿਰ ਚੱਲ ਜੂੰਗਾ ਕਿਉਂਕਿ ਮੇਰੇ ਕੋਲ ਟਾਈਮ ਵਾਧੂ ਆ, ਪਰ ਉਹ ਕਹਿੰਦੇ ਵੀ ਤੂੰ ਜਾ, ਬਸ ਸਾਨੂੰ ਸਮਾਨ ਚਾਹੀਦਾ, ਉਹ ਲੈ ਕੇ ਆ ਪਹਿਲਾਂ। ਅਤੇ ਹੋਰ ਮੰਮੀ ਕਿਵੇਂ ਹੋ? ਹੋਰ ਬਸ ਬੜਾ ਵਧੀਆ। ਤੁਹਾਡੀ ਗਰੋਸਰੀ ਲਿਸਟ ਪੜ੍ਹ ਲਈ ਮੈਂ, ਕੇਲੇ ਨਹੀਂ ਲਿਆਉਣੇ। ਵਧੀਆ ਮੰਮੀ, ਓਦਾਂ ਫਿਰ ਐਂ ਕਿ ਯਾਦ ਨਹੀਂ ਰਹਿੰਦਾ ਤੇ ਆਪਣੇ ਬਹੁਤ ਖਾਸੇ ਪਏ ਨੇ। ਅੱਛਾ ਅੱਛਾ, ਦੋ ਦਰਜਣਾ ਘੱਟ ਕੇਲੇ, ਕਿਉਂਕਿ ਅਸੀਂ ਐਵਰੀ ਟਾਈਮ ਜਾਈਦਾ ਨਾ, ਚੱਕ ਕੇ ਲਿਆਈਦਾ। ਚੱਕ ਕੇ ਲਿਆਈਦਾ। ਹੋਰ ਫਿਰ ਕੀ ਬਣਾ ਰਹੇ ਹੋ ਅੱਜ? ਇਦਾਂ ਪੰਜੀਰੀ ਬਣਾ ਲਈਏ ਫਿਰ, ਹਨਾ। ਗੁੱਡ ਗੁੱਡ। ਹੋਰ ਬਣਾਉਂਗੇ ਤੇ ਤੇਰੇ ਡੈਡੀ ਤਾਂ, ਮੈਂ ਕਿਹਾ ਇਹ ਵੀ ਦੱਸੋ ਹੁਣ ਕਿਉਂ ਬਣਾ ਰਹੇ ਹੋ। ਅੱਛਾ, ਪਹਿਲਾਂ ਤਾਂ ਮੈਂ ਸਤਿ ਸ਼੍ਰੀ ਅਕਾਲ ਬਣਾ ਦਾ। ਹਾਂਜੀ, ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੈ। ਕਾਫੀ ਦੇਰ ਬਾਅਦ ਮੇਰੇ ਖਿਆਲ 'ਚ ਆਪਾਂ ਸਤਿ ਸ਼੍ਰੀ ਅਕਾਲ ਬੁਲਾਈ ਆ, ਅਤੇ ਹੁਣ ਮੈਂ ਕਾਫੀ ਠੀਕ ਹਾਂ ਅੱਗੇ ਨਾਲੋਂ, ਕਾਫੀ ਜ਼ਿਆਦਾ ਜਣੀ ਜਿਹਨੂੰ ਕਹਿੰਦੇ ਆ। ਅਤੇ ਵਾਹਿਗੁਰੂ ਦੀ ਕਿਰਪਾ ਹੋਈ ਆ ਤੁਹਾਡੀਆਂ ਦੁਆਵਾਂ ਸਦਕਾ। ਅਤੇ ਸਿਮਰ ਪ੍ਰਾਹੁਣਾ ਬੱਚੇ ਆਸਟ੍ਰੇਲੀਆ ਤੋਂ ਆ ਰਹੇ, ਸਿਮਰਨ ਮੇਰੀ ਸਿਸਟਰ, ਹਾਂਜੀ ਉਹ ਪਹੁੰਚ ਰਹੇ ਨੇ ਜੀ ਆਪਣੇ ਕੋਲ, ਤਾਂ ਮੈਂ ਔਕਲੈਂਡ ਚੱਲਿਆ ਉਹਨਾਂ ਨੂੰ ਲੈਣ ਅੱਜ ਸਵੇਰੇ ਚੱਲਿਆ। ਅਤੇ ਮਨਪ੍ਰੀਤ ਕਹਿੰਦਾ ਸੀ ਵੀ ਮੈਂ ਡੈਡੀ ਦੇ ਨਾਲ ਮਦਦ ਕਰਾ ਦਿੰਦਾ ਵਾਂ, ਅਤੇ ਮੈਂ ਕਿਹਾ ਵੀ ਤੂੰ ਆਪਣਾ ਫ੍ਰੀ ਹੋ ਗਏ ਅਤੇ ਆਪਣਾ ਮਤਲਬ ਗਰੋਸਰੀ ਲਿਆ ਦੇ ਜਿਹੜੀ ਲੋੜ ਆ, ਅਤੇ ਮੈਂ ਕਿਹਾ ਤੂੰ ਜਾ ਉੱਧਰ ਨੂੰ। ਅਤੇ ਮੈਂ ਕਿਹਾ ਤੇਰੇ ਡੈਡੀ ਚੱਲ ਥੋੜ੍ਹਾ ਜਿਹਾ ਇੱਕ ਅੱਧੀ ਵਾਰ ਵਿੱਚ ਬੰਦ ਕਰਕੇ ਬਣਾ ਲੈਣਗੇ ਅਤੇ ਸਮਾਨ ਮੈਂ ਪਾਈ ਜਾਣਾ ਸਾਰਾ। ਨਾ ਨਾ ਕੋਈ ਗੱਲ ਨਹੀਂ, ਸਮਾਨ ਮੈਂ ਐਕਚੁਅਲੀ ਲੈਣ ਚੱਲਿਆ ਗਰੋਸਰੀ ਥੋੜ੍ਹੀ ਜਿਹੀ। ਸਿਮਰਨ ਹੋਣੀ ਜਿਵੇਂ ਅੱਜ ਰਾਤ ਨੂੰ ਉੱਥੋਂ ਤੁਰਨਾ ਆਸਟ੍ਰੇਲੀਆ ਤੋਂ, ਤਾਂ ਕੱਲ੍ਹ ਨੂੰ ਸਵੇਰੇ ਪਹੁੰਚਣਾ ਉਹਨਾਂ 5:30 ਵਜੇ, ਸੋ ਮੈਂ ਅੱਜ ਰਾਤ ਨੂੰ ਨਿਕਲ ਮਤਲਬ ਸ਼ਾਮ ਨੂੰ ਇੱਥੇ ਪਹੁੰਚ ਜਾਣਾ ਔਕਲੈਂਡ, ਤਾਂ ਕਿ ਰਾਤ ਮੈਂ ਉੱਥੇ ਰਵਾਂ। ਨਹੀਂ ਤਾਂ ਟੂ ਅਰਲੀ ਮੈਨੂੰ ਇੱਥੋਂ ਟਰਾਂਗੇ ਤੋਂ ਤੁਰਨਾ ਪੈਣਾ ਸੀਗਾ, ਉਹ ਫਿਰ ਸਹੀ ਨਹੀਂ ਸੀ ਨਾ ਰੋਡ ਤੇ ਵੈਸੇ ਵੀ। ਬਿਲਕੁਲ ਬਿਲਕੁਲ। ਤੇ ਚਲੋ ਮੈਂ ਸਮਾਨ ਲੈ ਆਵਾਂ, ਫਿਰ ਮਿਲਦੇ ਆ ਆਪਾਂ। ਨਹੀਂ ਕੋਈ ਗੱਲ ਨਹੀਂ, ਜਾ। ਤੇ ਦਿਨ ਬੜਾ ਵਧੀਆ, ਬਾਹਰ ਮੌਸਮ ਐ ਪੂਰਾ ਘੈਂਟ ਆ, ਤਾਂ ਖਲਾਰਾ ਪਾਇਆ ਸਫਰ ਵਧੀਆ, ਖਲਾਰਾ ਕੱਪੜਿਆਂ ਦਾ, ਬਾਹਰ ਕੱਪੜਿਆਂ ਦਾ ਧੁੱਪ ਦਾ ਫਾਇਦਾ ਉਠਾਇਆ ਜਾ ਰਿਹਾ ਪੂਰਾ। ਵੈਸੇ ਆਪਾਂ ਇੰਡੀਆ ਨਾ ਕੋਈ ਜਗ੍ਹਾ ਛੱਡਦੇ ਨਹੀਂ ਵੀ ਜਿੱਥੇ ਕੱਪੜੇ ਨੇ ਪਾਏ ਹੋਣ। ਸਹੀ ਆ, ਇਹ ਤਾਂ ਕਹਿ ਕਹਿ ਲਓ ਵੀ ਆਪਣਾ ਇੱਕ ਸਿਗਨੇਚਰ ਉਹ ਆ, ਹਾਂ ਇਹ ਚੀਜ਼ ਕਰਨੀ ਆ ਨਾ। ਬਿਲਕੁਲ, ਆਪਾਂ ਨੂੰ ਐਂ ਹੁੰਦਾ ਵੀ ਉਹ ਕੀ ਕਰਦੇ ਹੁੰਦੇ ਨੇ ਇਹਨਾਂ ਨੂੰ, ਜਿਹੜੇ ਮਸ਼ੀਨਾਂ 'ਚ ਪਾ ਪਾ ਕੇ ਵਿੱਚ ਕਰਦੇ ਨੇ, ਡਰਾਇਰ, ਆਹੋ ਉਹ ਡਰਾਇਰ ਆਪਣਾ ਕਿਸਮ ਦਾ। ਦਿਨ ਤਾਂ ਬਾਕੀ ਬਹੁਤ ਸੋਹਣਾ ਅੱਜ, ਆ ਦੇ ਲਓ ਆ ਨਵਾਂ ਜਿਹੜਾ ਆਊਟਡੋਰ ਫਰਨੀਚਰ ਸੀ, ਇਹ ਤੇ ਕੱਪੜੇ ਸੁੱਕ ਰਹੇ ਅੱਜ। ਲਓ ਜੀ, DH ਟੋਰੰਗਾ ਪਹੁੰਚ ਗਏ ਆਪਾਂ, ਇੱਥੋਂ ਰਹੀ ਦੀ ਆਪਾਂ ਜਿਹੜੀ ਗਰੋਸਰੀ ਹੁੰਦੀ ਆ ਮਾੜੀ ਮੋਟੀ ਘਰ ਦੀ, ਇੰਡੀਅਨ ਗਰੋਸਰੀ ਜਿਹਨੂੰ ਕਹਿ ਦਿੰਦੇ ਆਪਾਂ।
ਸੋ ਚੱਲਦੇ ਹਾਂ ਸਮਾਨ ਲਈਏ, ਕੇਲੇ ਨਹੀਂ ਲੈਣੇ ਯਾਦ ਰੱਖਣਾ ਆਪਾਂ। ਲਓ ਜੀ ਸਮਾਨ ਜਿੰਨਾ ਸੀਗਾ ਆਪਾਂ ਸਾਰਾ ਕੁਛ ਲੈ ਲਿਆ ਅਤੇ ਕੇਲੇ ਨਹੀਂ ਦਿੱਤੇ। ਬਟ ਅੱਜ ਮੈਂ ਇਕੱਲੀ ਇਕੱਲੀ ਚੀਜ਼ ਨਹੀਂ ਕਹੀ ਸੀ ਨਾ ਲਿਸਟ ਦੇ ਉੱਤੇ, ਸਾਰੀ ਮਿਲ ਗਈ ਕੁਦਰਤੀ। ਇੱਕ ਮੱਕੀ ਦਾ ਆਟਾ, ਮੰਮੀ ਕਹਿੰਦੇ ਹੁੰਦੇ ਗਰੇਵਾਲ ਦਾ ਹੈ ਨਾ ਬਰੀਕ ਆਟਾ, ਬਟ ਉਹ ਗਰੇਵਾਲ ਦਾ ਤਾਂ ਹੈ ਨਹੀਂ ਸੀਗਾ। ਬਟ ਭਾਅ ਜੀ ਕਹਿੰਦੇ ਵੀ ਇੱਕ ਪਹਾੜੀ ਆਟਾ ਵਾ ਬਹੁਤ ਵਧੀਆ ਵਾ, ਉਹ ਮੈਂ ਲੈ ਕੇ ਆਇਆ ਟਰਾਈ ਕਰਨ ਵਾਸਤੇ। ਉਹਨਾਂ ਨੇ ਸਪੈਸ਼ਲ ਕਿਹਾ ਸੀ, ਕਹਿੰਦੇ ਥੋੜ੍ਹਾ ਲੈ ਜਾਓ ਵੀ ਟਰਾਈ ਕਰ ਲਓ, ਫਿਰ ਜੇ ਵਧੀਆ ਲੱਗੂ ਫਿਰ ਹੋਰ ਲੈ ਜਾਓ, ਪਰ ਕਹਿੰਦੇ ਵਧੀਆ ਆਟਾ। ਸੋ ਉਹ ਲੈ ਕੇ ਆਇਆ, ਦੇਖਦੇ ਹਾਂ ਬਾਅਦ ਟਰਾਈ ਕਰਕੇ ਤਾਂ ਮੰਮੀ ਦੱਸ ਸਕਦੇ ਹਾਂ ਕਿੱਦਾਂ ਦਾ ਵਾ। ਤਾਂ ਰੱਖ ਲਈਏ ਸਮਾਨ ਇੱਕ ਵਾਰ, ਵੈਸੇ ਭੈਣ ਦੇ ਆਉਣ ਦਾ ਚਾਅ ਤਾਂ ਸਾਰਿਆਂ ਨੂੰ ਹੁੰਦਾ, ਕਾਫੀ ਐਕਸਾਈਟਡ ਆ ਮੈਂ ਭੈਣ ਅਤੇ ਭਾਅ ਜੀ ਦੋਨਾਂ ਨੂੰ ਮਿਲਣ ਵਾਸਤੇ। ਤਰ੍ਹਾਂ ਤਰ੍ਹਾਂ ਦੇ ਮੈਂ ਨਾ, ਚਲੋ ਆਪਣੇ ਹੈ ਤਾਂ ਨਿੱਕੀਆਂ ਨਿੱਕੀਆਂ ਗੱਲਾਂ, ਅਲੱਗ ਅਲੱਗ ਤਰ੍ਹਾਂ ਦੇ ਮੈਂ ਨਮਕੀਨ ਲੈ ਕੇ ਆਇਆ, ਕਿਉਂਕਿ ਬੱਚਿਆਂ ਨੇ ਵੀ ਆਉਣਾ ਨਾਲ, ਉਹਨਾਂ ਨੂੰ ਹੁੰਦਾ ਮਾਮਾ ਜੀ ਨੇ ਕੀ ਕੀਤਾ ਹੈ ਨਾ। ਆਹ ਬੱਚਿਆਂ ਨੂੰ ਬਹੁਤ ਪਸੰਦ ਆਉਂਦੇ ਹੁੰਦੇ ਅੱਗੇ, ਮੈਨੂੰ ਪਤਾ। ਅਰਮਾਨ ਦਾ ਫੇਵਰੇਟ ਭੁਜੀਆ ਵਾ, ਇੱਕ ਪਲੇਨ ਭੁਜੀਆ, ਉਹ ਲੈ ਕੇ ਆਇਆ ਮੈਂ ਨਾਲ। ਅਤੇ ਸਾਡੇ ਬਿਸਕੁਟ ਹੁੰਦੇ ਆ, ਡਿਬੇਟ ਚੱਲਦੀ ਹੁੰਦੀ ਆ ਕਿਹੜੇ ਬਿਸਕੁਟ ਜ਼ਿਆਦਾ ਵਧੀਆ ਨੇ। ਸੋ ਮੈਂ ਹਰ ਤਰ੍ਹਾਂ ਦੇ ਲੈ ਆਉਂਦੇ, 3-4 ਤਰ੍ਹਾਂ ਦੇ ਬਿਸਕੁਟ ਆਪਣੇ ਵੱਲੋਂ। ਅਤੇ ਐਕਸਾਈਟਡ ਆ ਔਕਲੈਂਡ ਜਾਣ ਵਾਸਤੇ ਵੀ, ਅਤੇ ਕੱਲ੍ਹ ਉਹਨਾਂ ਨੂੰ ਪਿੱਕ ਕਰਨ ਦੀ, ਸਵੇਰੇ ਸਾਜਰੇ ਅਰਲੀ ਮਾਰਨਿੰਗ 5:30 ਫਲਾਈਟ ਲੈਂਡ ਕਰ ਰਹੀ ਆ ਉਹਨਾਂ ਦੀ। ਬਟ ਜਿਹੜੀ ਆਂਡੇ ਰਹਿ ਗਏ ਕੱਢ ਲਿਆਉਂਗੇ, ਆ ਜਾਓ। ਅਤੇ ਮੰਮੀ ਆਟਾ ਤੁਹਾਡਾ ਬਸ ਉਹ ਨਹੀਂ ਮਿਲਿਆ ਆਪਣਾ ਗਰੇਵਾਲ ਦਾ, ਬਟ ਆ ਪਹਾੜੀ ਆਟਾ ਵਾ। ਮੰਮੀ ਕਹਿੰਦੇ ਵਧੀਆ ਇਹ, ਤੇ ਖੋਆ ਮਾਰ ਵੀ ਲਿਆ ਹੈ। ਵਾਹ ਕੀ ਬਾਤ ਆ, ਤੇ ਆ ਕੌਲੀ ਚ ਕੱਢਿਆ ਕੀ? ਕੌਲੀ ਦੇ ਵਿੱਚ ਇਹ ਅਮਨ। ਅੱਛਾ, ਇਹ ਅਰਮਾਨ ਲਈ ਨਜ਼ਾਰੇ ਆ ਉਹਦੇ। ਆ ਚੀਜ਼ਾਂ ਭੁੰਨੀ, ਆ ਪਹਿਲੇ ਭੁੰਨੀ ਹੁੰਦੀ ਆ ਤੇ ਆ ਭੁੰਨੀ ਦੀ ਬਰੀਕ ਨਾ ਭੁੰਨਣੀ ਨਹੀਂ। ਠੀਕ ਠੀਕ, ਬਾਕੀ ਉਹ ਫੁੱਲ ਮਖਾਣੇ ਜੇ ਉਹ ਸਾਰਾ ਸਮਾਨ। ਚਲੋ ਤੇ ਮੰਮੀ ਕਰੋ ਤਿਆਰੀ, ਮੈਂ ਨਿਕਲਾ ਹੁਣ ਨਾ, ਮੈਨੂੰ ਅਸੀਂ 12 ਵਜੇ ਤੁਰ ਪਵਾਂ, ਮੈਂ 12 ਵਜੇ ਚੱਲੇ ਤੇ ਮੈਂ ਲੈ ਕੇ ਆਉਣਾ ਫਿਰ ਕੱਲ ਨੂੰ ਉਹਨਾਂ ਨੂੰ। ਬਿਲਕੁਲ ਬਿਲਕੁਲ, ਪਰਮਾਤਮਾ ਕਰੇ ਰੱਖਾ। ਹੋਰ ਡੈਡੀ ਬਾਬਾ ਠੀਕ ਆ? ਖੋਆ ਤੁਸੀਂ ਮਾਰਿਆ ਕਿ ਮੰਮੀ ਨੇ? ਖੋਆ ਦੋਨੋਂ ਨੇ ਮਾਰ ਲਿਆ। ਮੈਂ ਤਾਂ ਨਹੀਂ ਪੈਨ ਪਤਾ ਕਹੋ, ਮੈਂ ਤਾਂ ਚਲੋ ਵਧੀਆ ਮੰਮੀ ਥੱਲੇ ਲੱਗਣ ਤੇ ਦੇਖਦੀ ਰਹੀ ਵੀ ਥੱਲੇ ਨਾ ਲੱਗ ਜਾਂਦੇ, ਕਿ ਮੈਨੂੰ ਪਤਾ ਨਹੀਂ ਲੱਗਦਾ ਥੱਲੇ ਲੱਗ ਬਾਅਦ ਚੈੱਕ ਕੀਤਾ ਬਸ। ਚਲੋ ਵਧੀਆ, ਬਾਕੀ ਤੇ ਇਹਨਾਂ ਨੇ ਕੀਤਾ। ਮੈਂ ਨਿਕਲਦਾ ਡੈਡੀ ਫਿਰ ਹੈ ਨਾ, ਮੰਮੀ ਨੇ ਮੇਰੇ ਲਈ ਇੱਕ ਸੇਬ ਤੇ 2 ਕਿੱਲੇ ਰਸਤੇ ਲਈ ਪਾਤੇ ਹੈ। ਰਸਤੇ ਕਿ ਭੁੱਖ ਲੱਗ ਜਾਂਦੀ ਹੈ, ਹੋਰ ਨੋਟੀ ਚੀਜ਼ਾਂ ਖਾਣ ਨਾਲ। ਬਿਲਕੁਲ, ਚਲੋ ਠੀਕ ਆ ਮੰਮੀ, ਚਲੋ ਠੀਕ ਆ, ਮਿਲਦੇ ਆ ਫਿਰ ਸਵੇਰੇ, ਕੱਲ ਦੁਪਹਿਰ ਤੱਕ ਆ ਜਾਵਾਂਗੇ ਅਸੀਂ। ਹਾਂਜੀ ਕੋਈ ਨਾ, ਬਿਲਕੁਲ। ਤਰੰਗਾ ਤੋਂ ਆਕਲੈਂਡ ਜਾਂਦੇ ਹੋਏ ਨਾ, ਹੈਮਿਲਟਨ ਦੇ ਅੱਗੇ ਜਾ ਕੇ ਜਿਹੜਾ ਨਵਾਂ ਮੋਟਰਵੇ ਬਣਿਆ ਸਾਰਾ, ਹੈ ਤਾਂ ਬੜਾ ਵਧੀਆ ਕਿਉਂਕਿ ਉਸ ਦੇ ਵਿੱਚ ਸਾਰਾ ਰਸਤਾ 110 ਦਾ ਸਪੀਡ ਲਿਮਿਟ ਆ, ਬਟ ਕਿਤੇ ਨਾ ਰੁਕਣ ਲਈ ਜਗ੍ਹਾ ਨਹੀਂ ਹੈਗੀ ਪ੍ਰੋਪਰ, ਜਿਵੇਂ ਕੋਈ ਵਾਸ਼ਰੂਮ ਵਗੈਰਾ ਕੋਈ ਰੈਸਟ ਰੂਮ ਇੱਦਾਂ ਦੇ ਬਣਾਉਣੇ ਚਾਹੀਦੇ ਆ। ਸੋ ਇਹ ਬੜੀ ਤੰਗੀ ਆਉਂਦੀ ਆ, ਬਟ ਮੈਨੂੰ ਸੇਫ ਜਿਹਾ ਸਪੋਟ ਲੱਭ ਗਿਆ ਸੀ ਇੱਕ ਜਗ੍ਹਾ 'ਤੇ, ਮੈਂ ਕਿਹਾ ਥੋੜ੍ਹਾ ਸਟ੍ਰੈਚ ਜਿਹਾ ਹੋ ਜੂ। ਲਓ ਜੀ ਆਕਲੈਂਡ ਪਹੁੰਚ ਗਏ ਆਪਾਂ, ਇਸ ਟਾਈਮ ਮਿੰਨੀ ਪੰਜਾਬ 'ਚ ਫਿਰਦੇ ਹਾਂ। ਰੈੱਡ ਲਾਈਟ ਆ ਤਾਂ ਮੈਂ ਕਿਹਾ ਸ਼ੋਟ ਲੈ ਲਈਏ ਛੋਟਾ ਜਿਹਾ। ਇੱਧਰ ਟਰੈਵਲ ਪੁਆਇੰਟ ਆ, ਇੱਥੋਂ ਜਿੰਨੀਆਂ ਵੀ ਸ਼ੋਪਾਂ ਨੇ ਨਾ ਇਸ ਧਮਾਕੀ ਰੋਡ 'ਤੇ ਆ, ਮੈਂ ਸਾਰੀਆਂ ਲਗਭਗ ਪੰਜਾਬੀ ਇੰਡੀਅਨ ਨੇ ਇੱਧਰਲੀ ਸਾਈਡ 'ਤੇ। ਸਾਡੇ ਸਿੰਘ ਸਾਹਿਬ ਬਜ਼ੁਰਗ ਤੁਰੇ ਜਾਂਦੇ ਆ ਇੱਧਰ। ਆ ਦੇਖੋ ਆਪਾਂ ਕਹਿੰਦੇ ਹਾਂ ਨਾ ਵੀ ਨਿਊਜ਼ੀਲੈਂਡ ਦੇ ਵਿੱਚ ਕੇਲੇ ਨਹੀਂ ਲੱਗਦੇ, ਇੱਕ ਤਾਂ ਆ ਹਾਲੇ ਸਟਾਰਟ ਨਹੀਂ ਹੋਇਆ ਲੱਗਣਾ ਨਾ, ਪਰ ਆ ਲੱਗਣ ਲੱਗ ਗਿਆ ਗੁੱਛਾ। ਇੱਥੋਂ ਆ ਕੇ ਲੈ ਲਓ, ਵੀਡੀਓ ਬਣਾ ਰਿਹਾ ਅੰਕਲ ਜੀ ਮੈਂ।
ਉਰੇ ਆ। ਹਾਂਜੀ ਇੱਕ ਹੁਣ ਮੈਂ ਚੱਪਲਾਂ ਪਾ ਕੇ ਆਇਆ, ਫਿਰ ਮੇਰੇ ਉਹ ਪਾਈਆਂ ਹੋਈਆਂ ਜਰਾਬਾਂ ਕੱਲੀਆਂ। ਅੱਛਾ ਆ ਰਿਹਾ, ਇੱਦਾਂ ਲੱਗਦੇ ਆ ਕੇਲੇ। ਹਾਂਜੀ ਓਕੇ ਅੰਕਲ, ਆ ਚੀਜ਼ ਮੈਂ ਪਹਿਲੀ ਵਾਰ ਦੇਖੀ ਆ ਵੈਸੇ। ਇਹ ਕੇਲਾ ਇਸ ਤਰ੍ਹਾਂ ਉਹ ਥੋੜਾ ਉਹ ਪਰਲੇ ਪਾਸੇ ਵੀ ਲੱਗਣ ਗਿਆ ਪੰਛੀ ਬੈਠਾ। ਹਾਂ ਹਾਂ ਨਹੀਂ ਉਹ ਹੁਣ ਨੀਚੇ ਲਟਕ ਰਿਹਾ, ਉਹਦੇ ਵਿੱਚੋਂ ਨਿਕਲ ਕੇ ਕੇਲਾ ਉੱਪਰ ਹੋ ਗਿਆ ਹੇਠਾਂ, ਉਹਦੇ 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 ਕੌਂ ਖਾ ਰਿਹਾ ਕੇਲੇ ਖਾ। ਅੱਛਾ ਉਹਦਾ ਰਸ ਪਰਾਗ। ਹਾਂ ਅੱਛਾ ਦੇਖੋ ਕੇਲੇ ਆ ਗਏ ਬਾਹਰ ਨੂੰ ਨਿੱਕੇ ਨਿੱਕੇ, ਇਹ ਕੇਲੇ ਬਾਹਰ ਆ ਰਹੇ, ਉਹ ਲੱਗੇ ਹੋਏ ਨੇ ਇਹ ਫੁੱਲ ਦੇ ਵਿੱਚੋਂ ਹੀ ਨਿਕਲੇ ਆਣੇ ਨੇ ਸਾਰੇ। ਹਾਂ ਦੇਖੋ ਆ ਗਿਆ ਆਪਾਂ ਝੜੀ ਜਾਂਦਾ ਨਾ ਫੁੱਲਾਂ ਦੇ, ਕਵਰ ਚੜੀ ਜਾਊਗਾ ਵਿੱਚੋਂ ਕੇਲੇ ਨਿਕਲ ਗਿਆ। ਓਕੇ ਇਸ ਤਰ੍ਹਾਂ ਹੀ ਉਹ ਹੋਏ ਪਏ ਆ। ਨਹੀਂ ਅੱਜ ਮੈਂ ਇੱਕ ਗੁਜਰਾਤੀ ਨਹੀਂ ਬਣਾਉਂਦੇ ਹਰੇ ਕੇਲੇ ਦੀ ਸਬਜ਼ੀ, ਉਹ ਵੀ ਬਣ ਗਿਆ ਆਪਣੀ ਸਾਡੀ ਮਾਂ ਬਣਾਉਂਦੀ। ਆਪਣੇ ਆਪ ਉੱਗੀ ਜਾਂਦੇ ਆ। ਅੱਛਾ ਜੀ ਬਾਬੋ ਨੀ ਆ ਰਿਹਾ ਆਪਣੇ ਘਰੇ, ਫਿਰ ਤੁਸੀਂ ਐਕਸਾਈਟਿਡ ਹੋ ਗਏ ਲਈ? ਹਾਂਜੀ ਵੈਰੀ ਗੁੱਡ ਵੈਰੀ ਗੁੱਡ ਸ਼ਾਬਾਸ਼, ਮੈਂ 6 ਸਾਲ ਦਾ ਹੋ ਗਿਆ। ਹਾਂ ਭੂਆ ਨੇ ਵੀ ਆ ਜਾਣਾ ਆ। ਕੌਣ ਕੌਣ ਆ ਰਿਹਾ ਕੌਣ ਆ ਰਿਹਾ ਦੱਸ। ਆ ਪੁੱਫਾ 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 ਤੇ ਪੁੱਫਾ 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 ਅੱਗੇ ਵੀ ਆ ਕੋਈ ਭੂਆ ਫੁੱਫੜ ਉਹਨਾਂ ਦੇ ਬੱਚੇ ਆ। ਤਿਆਰੀ ਖਿੱਚੀ ਹੋਈ ਆ ਤੇ ਆਹ ਦੇਖੋ ਮੰਮੀ ਨੇ ਪਿੰਨੀਆਂ ਪੁੰਨੀਆਂ ਤਿਆਰ ਕੀਤੀਆਂ ਹੋਈਆਂ ਨੇ। ਮੰਮੀ ਕੀਤੀਆਂ ਤਾਂ ਵੈਸੇ ਡੈਡੀ ਨੇ, ਮੈਂ ਤਾਂ ਨਹੀਂ ਕੀਤੀਆਂ ਕਵਾਂ। ਮੰਮੀ ਨੇ ਤਾਂ ਦੱਸੀ ਗਏ ਡੈਡੀ ਵਿੱਚ ਲੱਗੇ ਵਿਚਾਰੇ ਸਾਰਾ ਦਿਨ ਉਹਨਾਂ ਨੇ ਲਾਇਆ। ਬੱਚੇ ਨੂੰ ਪਤਾ ਕੀ ਐਕਸਾਈਟਡ ਆ ਸੀ ਸਾਰੇ ਆਪਣੇ ਬੱਚਿਆਂ ਲਈ, ਕੋਈ ਬੱਚੇ ਖਾਣਗੇ ਰਲ ਕੇ ਸਾਰੇ ਦਿਨ ਚਾਰੋਂ ਸਵੇਰੇ ਦੇਖੋ ਕਿੰਨੇ ਸੋਹਣੀਆਂ ਲੱਗਦੀਆਂ। ਪਰ ਇਹ ਘਰ ਦੀ ਚੀਜ਼ ਆ ਨਾ ਮੰਮੀ, ਸਵਾਦ ਹੀ ਅਲੱਗ ਹੁੰਦਾ ਹੈ, ਖਾਸ ਕਰ ਮਾਂ ਦੇ ਹੱਥਾਂ ਦੀ ਬਣੀ ਦਾ। ਉਹ ਕੱਲ ਆ ਰਹੇ ਨੇ, ਉਹ ਕੱਲ ਸੱਚੀ ਤੇ ਡੈਡਾ ਚਲੇ ਗਏ ਆਲਰੇਡੀ। ਉਹ ਚਲੇ ਗਏ ਪਿਕ ਕਰਨ ਉਹਨਾਂ ਨੂੰ। ਅੱਛਾ ਡੈਡਾ ਤੇਰੇ ਲਈ ਵੀ ਕੁਝ ਲੈ ਕੇ ਆਉਣਾ? ਆਈ ਥਿੰਕ ਸੋ। ਤੇ ਤੂੰ ਕੀ ਖਾਏਂਗੀ ਭੂਆ ਰਣ? ਕੁਛ ਨਹੀਂ। ਹਾਓ ਭੁੱਖੇ ਰੱਖੇਗੀ ਉਹਨਾਂ ਨੂੰ? ਹੇ ਮੈਂ ਨਹੀਂ ਐਵੇਂ ਰੱਖਣਾ। ਹੈ ਉਹ ਆਪਣੇ ਅੰਕਲ ਤੁਹਾਡੇ ਸ਼ਹਿਰ ਦੀਆਂ ਲਾਈਟਾਂ ਦਾ ਕੀ ਹਾਲ ਆ ਦੱਸ, ਬਲਿੰਕ ਕਰਦੀਆਂ ਸਰਕ। ਨਵਾਂ ਮੁੰਡਾ ਦੇਖ ਕੇ ਅੱਖਾਂ ਮਾਰਦੀ ਆ। ਅਸੀਂ ਸ਼ਾਮ ਦੇ ਰੋਟੀ ਰੋਟੀ ਖਾ ਕੇ ਤੁਰਨ ਨਿਕਲੇ ਆ, ਸਿਰਫ ਅੰਕਲ ਆਉਂਦੇ ਆ ਕੈਮਰੇ ਚ, ਬਾਕੀ ਬੰਦਾ ਤਾਂ ਕੋਈ ਆਉਂਦਾ ਨੀਗਾ। ਪਰ ਰੇਲਵੇ ਸਟੇਸ਼ਨ ਚੱਲੇ ਆ ਇੱਧਰ ਅੱਗੇ, ਸਹੀ ਗੱਲ ਆ। ਇੱਕ ਆਹ ਵੀ ਅੱਖਾਂ ਮਾਰ ਰਹੀ ਆ, ਉਹ ਆ ਸਾਰੀ ਗਲੀ ਦੀਆਂ ਅੱਖਾਂ ਮਾਰਦੀਆਂ ਉਧਰ। ਮੁੰਡਾ ਮੁੰਡੇ ਨੀ ਪਿੱਛੋਂ? ਓਹੋ ਅੰਕਲ ਜੀ ਮਿਲਣਾ ਤਾਂ ਤੁਹਾਨੂੰ ਦੇਖ ਕੇ ਅੱਖਾਂ ਮਾਰਦੇ ਆ। ਮੈਨੂੰ ਦੇਖ ਕੇ ਹੀ ਅੱਖਾਂ ਮਾਰਦੇ ਤਾਂ ਰੋਜ਼ ਮਿਲਦੇ ਨੇ। ਫਿਰ ਵੀ ਕਹਿੰਦੇ ਹੋਣਗੇ ਜਵਾਨ ਮੁੰਡਾ ਆ ਗਿਆ। ਮੈਂ ਤਾਂ ਜਵਾਨ ਹੈਗਾ ਹੀ, ਤੂੰ ਬੁੱਢਾ। ਲਓ ਜੀ ਰਾਤ ਦੇ ਤਕਰੀਬਨ 8:30 ਹੋ ਗਏ, ਡਿਨਰ ਵਗੈਰਾ ਕਰ ਲਿਆ, ਬਾਹਰ ਗਏ ਸੀਗੇ। ਮੈਂ ਥੋੜ੍ਹੀ ਮਿਠਾਈ ਬਾਏ ਕਰਨਾ ਚਾਹੁੰਦਾ ਸੀ। ਵੈਸੇ ਆਪਾਂ ਆਪਣੀ ਲੋਕਲ ਉੱਥੇ ਜਿਹੜੀਆਂ ਵੀ ਸ਼ੋਪਸ ਨੇ ਜਿਹੜੇ ਆਪਣੇ ਹਾਰਡ ਵਰਕ ਕਰਦੇ ਆ ਉਹੀ ਸਪੋਰਟ ਕਰਦੇ ਹਾਂ, ਬਟ ਮੈਂ ਇੱਥੇ ਆਇਆ ਸੀਗਾ ਔਕਲੈਂਡ, ਤਾਂ ਮੈਂ ਕਿਹਾ ਚਲੋ ਇੱਥੇ ਦੀ ਮਿਠਾਈ ਟਰਾਈ ਕਰਦੇ ਹਾਂ। ਸੋ ਉੱਥੇ ਥੋੜ੍ਹੀ ਜਿਹੀ ਅਲੱਗ ਅਲੱਗ ਰਹੀਆਂ, ਦੋ ਤਿੰਨ ਮਿਠਾਈਆਂ ਲੈ ਕੇ ਗਈ ਹਾਂ। ਨਿਊਜ਼ੀਲੈਂਡ ਦੀ ਪਹਿਲੀ ਮਿਠਾਈ ਦੀ ਦੁਕਾਨ ਮੱਖਣ ਦੀ ਹੱਟੀ, ਉੱਥੋਂ ਲੈ ਕੇ ਆਇਆ ਮੈਂ। ਅਤੇ ਬਾਕੀ ਠੀਕ ਹੈ ਜੀ, ਖਾ ਪੀ ਲਿਆ, ਸੁਪਰ ਐਕਸਾਈਟਡ ਹਾਂ, ਸਵੇਰੇ ਮੈਂ 5 ਵਜੇ ਉੱਠਣਾ,
ਸਾਢੇ 5 ਵਜੇ ਉਹਨਾਂ ਦੀ ਫਲਾਈਟ ਲੈਂਡ ਕਰਨੀ ਆ। ਤਾਂ ਜਦੋਂ ਉਹਨਾਂ ਦਾ ਫੋਨ ਆ ਗਿਆ, ਜਦੋਂ ਲੈਂਡ ਕਰਕੇ ਮੈਂ ਇੱਥੋਂ ਤੁਰ ਪਊਂ ਤਾਂ 20 ਮਿੰਟ ਲੱਗਣੇ ਆ। ਅਤੇ ਭੈਣ ਉਹਨਾਂ ਨੂੰ ਪਿੱਕ ਕਰਦੇ ਹਾਂ ਅਤੇ ਘਰ ਚੱਲਦੇ ਹਾਂ, ਘਰ ਦਾ ਚਾਹ ਘਰ ਦੀ ਰੰਗਤ ਦੇਖਦੇ ਹਾਂ ਫਿਰ ਆਪਾਂ। ਠੀਕ ਆ ਜੀ, ਮਿਲਦੇ ਹਾਂ ਅਗਲੀ ਵੀਡੀਓ ਵਿੱਚ। ਉਦੋਂ ਤੱਕ ਲਈ ਪਿਆਰ ਭਰੀ ਸਤਿ ਸ਼੍ਰੀ ਅਕਾਲ।